ਸਾਥ ਪਰਿਵਾਰ ਹੈ ਜੀ, ਇਹਨਾਂ ਦਾ ਰਿਕਸ਼ਾ ਚੋਰੀ ਹੋ ਗਿਆ ਸੀ। ਆਹ ਵੇਖੋ ਤੁਸੀਂ, ਆਹ ਬੈਠਾ ਹੋਇਆ ਗੁਰ ਸਿੱਖ ਪਰਿਵਾਰ, ਇਹ ਰਿਕਸ਼ਾ ਚੋਰੀ ਹੋ ਗਿਆ ਸੀ ਅਤੇ ਕਿਸੇ ਵੀਰ ਨੇ ਦੱਸਿਆ ਸੀ ਕਿ ਭਾਅ ਜੀ ਦਾ ਰਿਕਸ਼ਾ ਚੋਰੀ ਹੋ ਗਿਆ ਅਤੇ ਦੇਖੋ ਹੁਣ ਹੈ ਨਹੀਂ ਕੁਛ ਵੀ ਕਮਾਉਣ ਜੋਗਾ। ਅਤੇ ਆਹ ਵੀਰ ਆ ਗਿਆ ਦੇਖ ਕੇ, ਆਓ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਪਿਆਰਿਓ ਠੀਕ ਹੋ? ਚੜ੍ਹਦੀ ਕਲਾ, ਬੱਚੇ ਸੋ ਰਹੇ? ਆ ਜਾਓ ਭੈਣ ਜੀ, ਆ ਜਾਓ। ਰਾਮਦਾਸ, ਤੁਸੀਂ ਕੀਤਾ ਸੀ ਫੋਨ ਭੈਣ ਜੀ? ਉਹਨਾਂ ਨੇ ਕਿਹਾ ਸੀ ਤੁਹਾਡਾ ਰਿਕਸ਼ਾ ਚੋਰੀ ਹੋ ਗਿਆ। ਅੱਛਾ, ਰਿਕਸ਼ਾ ਚੋਰੀ ਹੋ ਗਿਆ ਸੀ? ਅੱਛਾ, ਹਜੇ ਫੁਲਕਾ ਵੀ ਨਹੀਂ ਛਕਿਆ ਹੈ? ਗੁਰਦੁਆਰੇ ਤੋਂ ਖਾਂਦੇ ਹੋ? ਕਿਉਂ? ਦਿਹਾੜੀ ਨਹੀਂ ਮਿਲਦੀ ਹੈਗੀ ਤੇਰੇ, ਰਿਕਸ਼ਾ ਵੀ ਚੋਰੀ ਹੋ ਗਿਆ। ਮੈਨੂੰ ਨਾ ਕਿਹਨੇ ਕੀਤਾ ਸੀ ਫੋਨ? ਮੈਨੂੰ ਕਿਸੇ ਨੇ ਤੁਹਾਡੇ? ਅੱਛਾ, ਆਹੋ ਮੈਨੂੰ ਨਾ ਫੋਨ ਆਇਆ ਸੀ ਤੇ ਨਿਰਵੈਰ ਭਾਈ ਨੇ ਮੈਨੂੰ ਭੇਜਿਆ, ਕਹਿੰਦੇ ਵੇਖ ਕੇ ਆਓ ਜਾ ਕੇ। 15-20 ਦਿਨ ਹੋ ਗਏ ਮਹਾਰਾਜ ਇੱਦਾਂ ਰੋਟੀ ਗੁਰਦੁਆਰੇ ਵਾਲੀ ਲੈ ਦਿਹਾੜੀ, ਮੈਂ ਜਾਂਦਾ 100 ਫੁੱਟੀ ਰੋਡ। ਅੱਛਾ, ਦਿਹਾੜੀ ਉਹਦੇ ਪੁਰਾਣੇ ਬੰਦੇ ਜਿਹੜੇ ਉਹ ਗਾਂ ਹੋ ਗਏ। ਤੁਸੀਂ ਮਹਾਰਾਜ ਨੂੰ ਕਹਿਣਾ ਸੀ, ਬਾਬੇ ਨੂੰ ਕਿਹੜਾ ਸੀ, ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਾ ਵਾ? ਜੋੜੀ ਦੇ ਜੀ ਹੱਥੋਂ ਤੇ ਗਾੜੀ ਮਹਾਰਾਜ ਦੇ, ਮਹਾਰਾਜ ਤੂੰ ਇਹ ਸਾਡਾ ਕੋਈ ਬੇੜਾ ਬੰਨੇ ਨਾ, ਇਹਦੇ ਅੱਗੇ ਉਹ ਜਿਹੜੇ ਉੱਥੋਂ ਇੱਥੇ ਆਏ ਆ ਕਿ ਦਿਹਾੜੀ ਨਹੀਂ ਮਿਲਦੀ ਤੇ ਬੱਚੇ ਭੁੱਖੇ ਰਹਿੰਦੇ ਸੀ। ਹੁਣ ਤੁਹਾਨੂੰ ਚਾਹੀਦਾ ਕੀ ਆ ਪਿਆਰਿਓ? ਮਹਾਰਾਜ ਜੀ ਸਾਨੂੰ ਗੱਡੀ ਲੈ ਦਿੰਦਾ। ਗੱਡੀ ਦਾ ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ, ਤੁਹਾਡਾ ਰਿਕਸ਼ਾ ਚੋਰੀ ਹੋ ਗਿਆ ਨਾ, ਇੱਕ ਨਾ ਸਕੀਮ ਸਾਡੇ ਕੋਲ, ਉਹ ਸਕੀਮ ਦਾ, ਸਕੀਮ 'ਚ ਕੀ ਹੈ, ਗੁਰੂ ਰਾਮਦਾਸ ਰਾਖੋ ਸ਼ਰਨਾਈ ਸਕੀਮ ਦਾ ਨਾਮ ਆ। ਜੇਕਰ ਕਿਸੇ ਗੁਰਸਿੱਖ ਦਾ ਰਿਕਸ਼ਾ ਚੋਰੀ ਹੋ ਜੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ ਦੇ ਵਿੱਚ ਉਹਨੂੰ ਰਿਕਸ਼ਾ ਮਿਲਦਾ ਨਵਾਂ, ਪਰ ਇਹ ਕਿ ਚੋਰੀ ਹੋਇਆ ਹੋਵੇ। ਵਾਹਿਗੁਰੂ ਵਾਹਿਗੁਰੂ। ਤਰੋਟੀ ਵੀ ਨੀ ਖਾਧੀ ਸਵੇਰ ਦੀ? ਰੋਟੀ ਵੀ ਖਾਧੀ? ਅੱਛਾ, ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਰਾਮਦਾਸ। ਇਹ ਗੁਰੂ, ਇਹ ਸਾਡੇ ਗੁਰਸਿੱਖਾਂ ਦੇ ਹਾਲ ਆ, ਧੰਨ ਗੁਰੂ ਰਾਮਦਾਸ। ਰਿਕਸ਼ੇ ਤੋਂ ਰਿਕਸ਼ਾ ਹੋਊਗਾ ਤੇ ਰੋਟੀ ਪਾਣੀ ਖਾ ਲੋਗੇ, ਤੇ ਹੁਣ ਇੱਕ ਕੰਮ ਤੇ ਨਹੀਂ ਜਾ ਰਿਹਾ ਵੀਰ? ਤੁਹਾਨੂੰ ਮਹਾਰਾਜ ਤੇ ਵਿਸ਼ਵਾਸ ਹੈਗਾ ਗੁਰੂ ਰਾਮਦਾਸ ਪਾਤਸ਼ਾਹ ਤੇ? ਮਹਾਰਾਜ ਹੈਗੇ ਆ ਦੱਸ, ਬਹੁਤ ਮੰਦੀ ਹਾਲਤ ਆ ਤੁਹਾਡੀ ਹੈ? ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਚੱਪਲਾਂ ਵੀ ਤੁਹਾਡੀਆਂ, ਧੰਨ ਗੁਰੂ ਰਾਮਦਾਸ। ਉਹਦੇ ਆ ਭੁੱਖ ਲੱਗੀ ਆ, ਆ ਭੁੱਖ ਲੱਗੀ ਆ, ਦੱਸ ਭੁੱਖ ਲੱਗੀ ਆ ਹੈਂ? ਰੋਟੀ ਖਾਧੀ ਸਵੇਰੇ? ਨਹੀਂ ਖਾਧੀ ਸਵੇਰੇ ਰੋਟੀ? ਧੰਨ ਗੁਰੂ ਰਾਮਦਾਸ। ਖਾਣਾ ਵਾ, ਰੋਟੀ ਖਾਣੀ ਹੈ ਹੈਂ? ਖਾਧਾ ਨੀ ਕੁਛ ਸਵੇਰ ਦਾ? ਤੁਸੀਂ ਨੀ ਖਾਧਾ ਜੀ ਰੋਟੀ? ਤੁਸੀਂ ਨੀ ਖਾਧੀ? ਤੁਸੀਂ ਨੀ ਖਾਧਾ? ਚਾਹ ਜੋਗੀ ਪੈਸੇ ਨੇ ਗੇ, ਚਲੋ ਉੱਥੇ ਚਲੀਏ ਕੁਛ ਖਾਣੇ। ਆਜੋ ਆਜੋ, ਧੰਨ ਗੁਰੂ ਰਾਮਦਾਸ ਜੀ, ਆਜੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਾਡੇ ਸਿੱਖਾਂ ਦੇ ਹਾਲ ਆ, ਲਾ ਲਓ ਕੀ ਲੰਗਰ, ਰੋਜ਼ਗਾਰ ਦਿਓ ਬਾਈ, ਲੰਗਰ ਨੀ ਰੋਜ਼ਗਾਰ ਦਿਓ ਭਰੀਏ, ਲੋੜਵੰਦੀ ਹੈ, ਮਾੜੇ ਹੀ ਹੈ ਨਾ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਠੀਕ ਹੈ ਭੈਣੇ,
ਤੁਸੀਂ ਜਿਹੜਾ ਨਾਲ ਚਲ ਜਾਓ, ਬਾਕੀ ਤੁਹਾਡਾ ਧੰਨਵਾਦ ਸਿੰਘ ਸਾਹਿਬ, ਬਹੁਤ ਬਹੁਤ ਤੁਹਾਡਾ ਜਿਹੜਾ ਤੁਸੀਂ ਇੰਨਾ ਹੁਣ ਤੁਸੀਂ ਨਾਲ ਆ ਗਏ ਹੋ। ਮੈਂ ਤਾਂ ਕਹਿੰਦਾ ਸ਼ੁਕਰ ਕਰੋ ਗੁਰੂ ਰਾਮਦਾਸ ਜੀ ਜਿਹੜੇ ਇੰਨਾ ਹੋ ਗਿਆ। ਨਹੀਂ 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 ਪਿਆਰੇ, ਧੰਨਵਾਦ ਧੰਨਵਾਦ ਤੁਹਾਡਾ। ਸ਼ੁਕਰ ਹੈ ਜੀ ਮਾਰਕ ਮਾਲਕ ਦਾ, ਜਿਹੜੇ ਵਿਚਾਰੇ ਬੜੀ ਮਦਦ ਕੀ ਕਰਦੇ। ਨਹੀਂ ਨਹੀਂ ਸ਼ੁਕਰ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਜਿਹੜਾ ਤੁਸੀਂ ਇੰਨੀ ਖੇਚਲ ਕਰ ਰਹੇ ਹੋ। ਨਹੀਂ ਨਹੀਂ ਧੰਨਵਾਦ ਜੀ, ਨਹੀਂ ਮਹਾਰਾਜ ਸੇਵਾ ਹੈ ਤੁਹਾਡੀ ਇੱਥੇ। ਨਹੀਂ ਨਹੀਂ ਸ਼ੁਕਰ ਹੈ। ਸੋ ਵੀਰ ਜੀ ਹੁਣੀ ਇੱਕ ਮਿਲ ਗਏ ਸੀ ਆਟੋ ਵਾਲੇ, ਕਹਿੰਦੇ ਮੈਂ ਛੱਡਾਂ ਨਾ ਇਹਨਾਂ ਨੂੰ ਫ੍ਰੀ ਦੇ ਵਿੱਚ। ਸੋ ਧੰਨਵਾਦ ਵੀਰ ਦਾ ਵੀ। ਸੋ ਅਸੀਂ ਇੱਕ ਹੱਥ ਅੱਗੇ ਕਰਦੇ ਹਾਂ ਅਤੇ ਦੂਸਰੇ ਹੱਥ ਨਾਲ ਗੁਰੂ ਸਾਹਿਬ ਆਪ ਅੱਗੇ ਹੋ ਕੇ ਨਾਲ ਸੇਵਾ ਕਰਵਾਉਂਦੇ ਨੇ। ਸੋ ਵੀਰ ਜੀ ਉਹਨਾਂ ਨੂੰ ਰਿਕਸ਼ੇ ਵਾਲੀ ਦੁਕਾਨ 'ਤੇ ਭੇਜਤਾ ਵਾ ਅਤੇ ਉਹਨਾਂ ਨੂੰ ਰਿਕਸ਼ਾ ਲੈ ਕੇ ਦਿੰਦੇ ਹਾਂ। ਚਲੋ ਠੀਕ ਹੈ ਪਿਆਰਿਓ, ਧੰਨਵਾਦ ਜੀ, ਸ਼ੁਕਰਾਨਾ ਵੀਰ ਜੀ ਤੁਹਾਡਾ ਵੀ। ਠੀਕ ਹੈ ਭੈਣੇ ਤੁਸੀਂ ਪਹੁੰਚੋ, ਕੋਈ ਨਾ ਗੁਰੂ ਸਾਹਿਬ ਕਿਰਪਾ ਕਰਦੇ ਵੀਰ ਨੂੰ ਰਿਕਸ਼ਾ ਲੈ ਕੇ ਦਿੰਦੇ ਹਾਂ। ਠੀਕ ਹੈ ਜੀ, ਚਲੋ ਠੀਕ ਹੈ ਪੁੱਤ, ਬਾਏ। ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਹਾਂਜੀ ਆ ਗਏ ਹੋ, ਹੁਣੇ ਆਏ, ਕਿਉਂ ਵਧੇਰ ਹੋ ਗਈ, ਕਾਫੀ ਟਾਈਮ ਹੋ ਗਿਆ। ਠੀਕ ਆ ਜੀ ਠੀਕ ਆ। ਹਾਂਜੀ ਪਿਆਰਿਓ, ਹੋਰ ਇਹਨਾਂ ਨੂੰ ਚਾਹ ਚੁੱਕੀ ਪਿਲਾਈ ਆ ਕਿ ਚਾਹ ਪੀਤੀ ਆ ਰਾਜੇ, ਚਾਹ ਪੀ ਲਈ ਆ? ਹੈਂ ਕਿਹਨੂੰ? ਚੱਪਲਾਂ ਇਹਦੇ ਕੋਲ ਹੈ ਨਹੀਂ, ਇਹ ਚੱਪਲਾਂ ਨਹੀਂ ਗੀਆਂ ਹੈ। ਅੱਛਾ ਲਿਆ ਦੇਣੇ ਚੱਪਲਾਂ, ਲਿਆ ਦੇਣੇ ਕੋਈ। ਆਹ ਤੇਰੀ ਗੱਡੀ ਆ, ਠੀਕ ਆ ਠੀਕ ਆ ਭੈਣੇ, ਖੁਸ਼ ਹੋ, ਇਹਦੇ ਨਾਲ ਤੁਹਾਡਾ ਹੋ ਜੂਗਾ। ਹੈਂ ਹਾਂ ਹੁਣ ਤੁਹਾਡੀ ਨਾ ਗੱਡੀ ਅੱਜ ਤੋਂ ਆ ਵਾ, ਇਹਦੀ ਮੈਂ ਪੇਮੈਂਟ ਕਰ ਦੇਣੀ ਸਾਰੀ, ਠੀਕ ਆ, ਨਵੀਂ ਗੱਡੀ ਆ, ਠੀਕ ਆ। ਹਾਂ ਕੀ ਆ ਪੁੱਤ, ਕੀ ਆ ਬੋਲ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਵਾਸ ਸਵਾਸ ਗੁਰੂ ਰਾਮਦਾਸ ਜੀ, ਸਵਾਸ ਸਵਾਸ ਗੁਰੂ ਰਾਮਦਾਸ ਜੀ। ਚੱਲ ਘੁਮਾ ਕੇ ਲਿਆ ਚੇ ਹੈ, ਬਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡਾ ਦਸਵੰਦ ਮੈਨੂੰ ਨੀ, ਇਹਨਾਂ ਨੂੰ ਲੋੜ ਆ ਭਾਈ ਸਾਹਿਬ ਜੀ। ਆਹ ਜਿਹੜੇ ਸਿੰਘ ਆ ਨਾ, ਇਹਨਾਂ ਕੋਲ ਕੰਮ ਕਾਰ ਨਹੀਂ ਸੀ ਹੈਗਾ, ਆਹ ਇਹਨਾਂ ਦੇ ਬੱਚੇ ਆ, ਠੀਕ ਆ ਜੀ, ਤੇ ਇਹਨਾਂ ਨੂੰ ਅੱਜ ਰਿਕਸ਼ਾ ਲੈ ਕੇ ਦੇ ਰਹੇ ਆੜ, ਠੀਕ ਆ। ਆਹ ਸਿੰਘ ਨੂੰ ਕੁਛ ਵੀ ਨਹੀਂ ਸੀਗਾ, ਚਲ ਰਿਕਸ਼ਾ ਸੀ ਪਹਿਲੇ ਚੋਰੀ ਹੋ ਗਿਆ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਰਿਕਸ਼ਾ ਮਿਲ ਗਿਆ। ਤੇ ਤੁਸੀਂ ਜਿਹੜਾ ਦਸਵੰਦ ਹੈ ਨਾ, ਤੁਹਾਡਾ ਦਸਵੰਦ ਅੱਜ ਇਹਦੇ ਲਈ ਕੰਮ ਆਏਗਾ। ਸੋ ਤੁਸੀਂ ਕਹਿ ਰਹੇ ਇੱਕ ਲੰਗਰ ਨਹੀਂ ਲਾਉਣਾ ਹੈਗਾ, ਮੈਂ ਵੀ ਇਹੀ ਚੀਜ਼ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਜਿੱਥੇ ਲੋੜ ਹੈ ਲੰਗਰ ਉੱਥੇ ਆਪਾਂ ਲਈਏ, ਠੀਕ ਹੈ ਨਾ। ਅਤੇ ਬਾਕੀ ਧੰਨਵਾਦ ਸਿੰਘ ਸਾਹਿਬ, ਇੱਧਰ ਆਓ, ਤੁਹਾਨੂੰ ਇੱਕ ਚੀਜ਼ ਦੱਸੀਏ ਭੈਣੇ, ਇੱਧਰ ਆਓ, ਇੱਕ ਚੀਜ਼ ਨਹੀਂ ਅਸੀਂ ਉੱਧਰ ਦੇਖਣਾ ਭੈਣੇ, ਤੁਹਾਡੇ ਲਈ ਦਸਵੰਦ ਹੈ। ਇਹ ਵੀਰ ਨੇ ਪੈਸੇ ਜੋੜੇ ਸੀ ਥੋੜ੍ਹੇ ਥੋੜ੍ਹੇ ਕਰਕੇ, ਇਹਨੇ ਇੱਕ ਲੰਗਰ ਨਹੀਂ ਲਾਇਆ, ਕੁਛ ਨਹੀਂ ਕੀਤਾ, ਤੁਹਾਡੇ ਰਿਕਸ਼ੇ ਦੀ ਅਮਾਊਂਟ ਇਹ ਵੀਰ ਹੋਣੀ ਦੇ ਰਹੇ ਨੇ। ਦੇਖੋ ਕਿੱਡਾ ਛੋਟਾ ਜਿਹਾ ਗੁਰਸਿੱਖ ਆਇਆ, ਹਾਂ ਤੁਹਾਡੇ ਬੱਚਿਆਂ ਦੇ ਲਈ ਰੋਟੀ ਦੇ ਲਈ ਇੱਕ ਗੁਰਸਿੱਖ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੰਜਾਬੀ ਪੰਜਾਬੀ ਦੇ ਕੰਮ ਆਊਗਾ, ਕਲਾ ਵਰਤੂਗੀ। ਨਿਰਵੈਰ ਦਾ ਕਿਹਾ ਸੱਚ ਹੋ ਰਿਹਾ ਕਿ ਮੈਂ ਪਹਿਲੇ ਵੀ ਕਿਹਾ ਸੀ ਕਿ ਪੰਜਾਬੀ ਪੰਜਾਬੀ ਦੇ ਕੰਮ ਆਉਣਗੇ, ਸਮਾਂ ਆਊਗਾ ਅਤੇ ਲੋਕ ਕਹਿੰਦੇ ਸੀ ਨਿਰਵੈਰ ਭਾਅ ਜੀ ਤੁਸੀਂ ਬੋਲਦੇ ਹੋ ਇਸ ਤਰ੍ਹਾਂ ਕੀ ਹੋ ਜੂਗਾ। ਅਤੇ ਉਹਦੇ ਲਈ ਐਗਜ਼ਾਮਪਲ ਹੈ, ਸਿੰਘ ਸਾਹਿਬ ਸਪੈਸ਼ਲ ਆਏ ਆ, ਪੈਸੇ ਲੈ ਕੇ ਆਏ ਆ ਤੁਹਾਡੇ ਲਈ ਕਿ ਤੁਹਾਡੇ ਰਿਕਸ਼ੇ ਦੀ ਪੇਮੈਂਟ ਕਰ ਦਈਏ, ਠੀਕ ਹੈ। ਆਜੋ ਭਾਅ ਜੀ ਆਪਾਂ ਅੰਦਰ ਪੈਸੇ ਦੇ ਦਈਏ,
ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭੇਜਿਆ ਇਹਨਾਂ ਨੂੰ। ਆ ਜਾਓ ਪਿਆਰਿਓ, ਦੱਸ ਦੇਵਾਂ ਅਸੀਂ ਤੁਹਾਨੂੰ ਕੀ ਕਿਹਾ ਸੀ, ਇੱਕ ਸਕੀਮ ਚੱਲਦੀ ਪਈ ਹੈ, ਤੁਹਾਨੂੰ ਕਿਹਾ ਸੀ ਭੈਣੇ ਇੱਕ ਸਕੀਮ ਚੱਲਦੀ ਪਈ ਹੈ ਕਿ ਜਿਨ੍ਹਾਂ ਦਾ ਪੁਰਾਣਾ ਰਿਕਸ਼ਾ ਚੋਰੀ ਹੋ ਜਾਂਦਾ ਉਹਨਾਂ ਨੂੰ ਨਵੇਂ ਰਿਕਸ਼ੇ ਮਿਲਦੇ ਪਏ ਆ। ਪਹਿਲੀ ਚੀਜ਼ ਮੈਂ ਕਲੀਅਰ ਕਰ ਦੇਵਾਂ, ਇਹ ਰਿਕਸ਼ਾ ਆਪਾਂ ਤੁਹਾਨੂੰ ਦਾਨ ਨਹੀਂ ਕੀਤਾ, ਇੱਕ ਸਕੀਮ ਸੀ ਗੁਰੂ ਰਾਮਦਾਸ ਰਾਖੋ ਸ਼ਰਨਾਈ, ਉਹਦੇ ਦੇ ਵਿੱਚ ਅਸੀਂ ਤੁਹਾਨੂੰ ਇਹ ਫ੍ਰੀ 'ਚ ਦੇ ਰਹੇ ਹਾਂ, ਠੀਕ ਹੈ। ਉਹਦੇ ਵਿੱਚ ਅਸੀਂ ਤੁਹਾਨੂੰ ਕੋਈ ਦਾਨ ਨਹੀਂ ਕੀਤਾ ਹੈਗਾ, ਇਹ ਰਿਕਸ਼ਾ ਤੁਹਾਨੂੰ ਫ੍ਰੀ 'ਚ ਮਿਲਿਆ ਅਤੇ ਸਾਨੂੰ ਵੀ ਇਹ ਪੈਸੇ ਨਹੀਂ ਪਏ, ਆ ਵੀ ਸਾਨੂੰ ਵੀ ਫ੍ਰੀ 'ਚ ਮਿਲਿਆ ਕਿਉਂਕਿ ਇਹ ਸਕੀਮ ਚੱਲਦੀ ਪਈ ਹੈ ਮਹਾਰਾਜ ਵੱਲੋਂ। ਪਤਾ ਕਿਹਦੇ ਵੱਲੋਂ ਚੱਲਦੀ ਪਈ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਚੱਲਦੀ ਪਈ ਹੈ, ਠੀਕ ਹੈ ਭੈਣੇ। ਇਸ ਕਰਕੇ ਮੈਂ ਕੋਈ ਤੁਹਾਡੇ 'ਤੇ ਅਹਿਸਾਨ ਨਹੀਂ ਕੀਤਾ, ਤੁਹਾਡਾ ਗੁਰੂ ਬੇਅੰਤ ਹੈ, ਉਹ ਹਾਜ਼ਰ ਨਾਜ਼ਰ ਹੈ, ਉਹ ਤੇਰੇ ਬੱਚਿਆਂ ਨੂੰ, ਤੇਰੇ ਛੋਟੇ ਛੋਟੇ ਬੱਚਿਆਂ ਨੂੰ ਰੋਟੀ ਦੇਣ ਵਾਲਾ ਕੌਣ ਹੈ? ਗੁਰੂ ਰਾਮਦਾਸ ਪਾਤਸ਼ਾਹ, ਠੀਕ ਹੈ। ਜਦੋਂ ਵੀ ਕਦੀ ਇਸ ਤਰ੍ਹਾਂ ਦੀ ਔਕੜ ਬਣ ਜਾਵੇ, ਫਿਰ ਅੱਜ ਵੀ ਮੈਂ ਤੁਹਾਨੂੰ ਤਾਂ ਮਿਲਿਆ ਕਿਉਂਕਿ ਤੂੰ ਅਰਦਾਸ ਕੀਤੀ ਸੀ ਆਪਣੇ ਪਾਤਸ਼ਾਹ ਨੂੰ, ਕਿਹਨੂੰ ਕੀਤੀ ਸੀ? ਗੁਰੂ ਰਾਮਦਾਸ ਪਾਤਸ਼ਾਹ ਨੂੰ। ਅਤੇ ਉਹਨੇ ਕੀ ਕੀਤਾ, ਉਹਨੇ ਇੱਕ ਸਿੰਘ ਭੇਜਤਾ, ਯਾਨੀ ਕਿ ਮੈਨੂੰ ਭੇਜਿਆ। ਸੋ ਭੈਣੇ ਜਦੋਂ ਵੀ ਕਦੀ ਇਸ ਤਰ੍ਹਾਂ ਦੇ ਮਾਹੌਲ ਫਿਰ ਬਣ ਜਾਵੇ ਤਾਂ ਵੋਟ ਆਸਰਾ ਕਿਹਦਾ ਕਰਨਾ? ਗੁਰੂ ਰਾਮਦਾਸ ਪਾਤਸ਼ਾਹ ਦਾ, ਠੀਕ ਹੈ। ਇਹ ਜਿਹੜੀ ਇੱਕ ਰਕਮ ਹੈ ਭੈਣੇ ਤੇਰੇ ਉਹਦੀ ਹੈ ਰਿਕਸ਼ੇ ਦੀ, ਤੁਸੀਂ ਦੇ ਦਿਓ। ਲੋ ਸਿੰਘ ਸਾਹਿਬ, ਇਹ ਤੁਹਾਡੇ ਰਿਕਸ਼ੇ ਦੀ ਹੈ, ਅੱਜ ਤੋਂ ਇਹ ਰਿਕਸ਼ਾ ਤੁਹਾਡਾ, ਠੀਕ ਹੈ। ਵੀਰੇ ਕੰਮ ਕਰਨਾ ਹੈਗਾ, ਬੱਚੇ ਪਾਲਣੇ ਹੈਗੇ, ਠੀਕ ਹੈ। ਅਤੇ ਬਾਕੀ ਜੇ ਚੋਰੀ ਹੁੰਦਾ ਉਹਦੇ ਲਈ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਰਨੀ, ਠੀਕ ਹੈ। ਤੁਹਾਡਾ ਗੁਰੂ ਬੜਾ ਬੇਅੰਤ ਹੈ, ਠੀਕ ਹੈ। ਅਤੇ ਆਹ ਮਾਇਆ ਆਹ ਫੜੋ ਥੋੜ੍ਹੀ ਜਿਹੀ, ਠੀਕ ਹੈ। ਇਹ ਖੁੱਲ੍ਹੇ ਪੈਸੇ ਬੱਚਿਆਂ ਦੇ ਵਾਸਤੇ ਹੈਗੇ ਤੁਹਾਡੇ, ਠੀਕ ਹੈ। ਇੱਕ ਚੀਜ਼ ਹੋਰ, ਤੁਸੀਂ ਕਹਿੰਦੇ ਸੀ ਕਿ ਰਾਸ਼ਨ ਨਹੀਂ ਹੈਗਾ, ਹੈ ਨਾ, ਹਾਂ ਅਸੀਂ ਤੁਹਾਨੂੰ ਰਾਸ਼ਨ ਦੇ ਦਿੰਦੇ ਹਾਂ, ਠੀਕ ਹੈ। ਅਤੇ ਬਾਕੀ ਜਦੋਂ ਵੀ ਕਦੀ ਮਨ 'ਚ ਆਵੇ ਕਿ ਮੇਰੇ ਕੋਲ ਕੁਛ ਹੈ ਨਹੀਂ, ਤੁਸੀਂ ਅਰਦਾਸ ਕਰਨੀ, ਸਤਿਗੁਰੂ ਤੁਸੀਂ ਹਾਜ਼ਰ ਨਾਜ਼ਰ ਹੋ ਮੇਰੇ ਗੁਰੂ, ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬੱਚਿਆਂ ਦੇ ਉੱਤੇ ਮਿਹਰ ਕਰਿਓ, ਠੀਕ ਹੈ। ਜਿਵੇਂ ਆਹ ਗੁਰਸਿੱਖ ਆਈ ਆ, ਆਹ ਭੈਣ ਆਈ ਆ, ਇਹ ਤੁਹਾਡੇ ਵਾਸਤੇ ਆਏ ਆ, ਠੀਕ ਹੈ। ਇੱਕ ਸਮਾਂ ਆਏਗਾ ਜਦੋਂ ਅਸੀਂ ਆਪਣਿਆਂ ਦੀ ਬਾਂਹ ਫੜਾਂਗੇ, ਉਹ ਅੱਜ ਸਮਾਂ ਆਉਣਾ ਸ਼ੁਰੂ ਹੋ ਗਿਆ, ਹੁਣ ਪੰਜਾਬੀ ਦੀ ਬਾਂਹ ਫੜਨ ਜਾਣੇ ਸ਼ੁਰੂ ਹੋ ਗਏ। ਹੁਣ ਆਪਾਂ ਇੱਕ ਚੀਜ਼ ਬੋਲਣੀ ਹੈ, ਠੀਕ ਹੈ, ਤੁਸੀਂ ਵੀ ਨਾਲ ਮੇਰੇ ਬੋਲਿਓ। ਕੀ ਆਪਾਂ ਬੋਲਣਾ ਹੈਗਾ? ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਠੀਕ ਹੈ। ਜਦੋਂ ਵੀ ਔਕੜ ਆਏ ਜ਼ਿੰਦਗੀ ਦੇ ਵਿੱਚ, ਤੁਸੀਂ ਮਹਾਰਾਜ ਨੂੰ ਯਾਦ ਕਰਨਾ, ਇੱਕ ਰਾਹ ਬੰਦ ਹੋਏਗਾ, 10 ਰਾਹ ਮਹਾਰਾਜ ਖੋਲ੍ਹ ਦੇਣਗੇ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਰਾਸ਼ਨ ਦਿੰਦਾ, ਪਰ ਵੀਰੇ ਤੁਹਾਨੂੰ ਲੈ ਗਏ ਅਤੇ ਬਾਕੀ ਤੁਹਾਨੂੰ ਰਾਸ਼ਨ ਦੇ ਦਿੰਦੇ ਆ, ਗੱਡੀ ਤੁਹਾਡੇ ਕੋਲ ਆ ਗਈ ਆ, ਖੁਸ਼ ਹੋ ਨਾ, ਖੁਸ਼ ਹੋ ਨਾ। ਬਸ ਵੀਰੇ ਸਿੱਧੇ ਰਸਤੇ 'ਤੇ ਬਹਿਣਾ ਤੁਸੀਂ, ਠੀਕ ਹੈ। ਰਾਸ਼ਨ ਆ ਗਿਆ, ਵੈਰੀ ਗੁੱਡ, ਧੰਨ ਗੁਰੂ ਰਾਮਦਾਸ। ਅਤੇ ਕੀ ਤੁਹਾਨੂੰ ਚਾਹੀਦਾ ਸੀ? ਹੈਂ ਹੈਂ ਚੱਪਲਾਂ ਕਿੱਥੇ ਲੈਣੀਆਂ ਵਾ? ਆਹ ਫੜ, ਕੋਈ ਗੱਲ ਨਹੀਂ, ਠੀਕ ਹੈ, ਕੋਈ ਗੱਲ ਨਹੀਂ, ਆਹ ਫੜੋ। ਆ ਸਾਰਿਆਂ ਨੂੰ ਭੈਣੇ ਕਿ ਚੱਪਲਾਂ ਲੈ ਦੀ, ਠੀਕ ਹੈ, ਮੈਨੇ ਖੁਸ਼ ਹੋ ਨਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਲੋ ਲੈ ਜਾਓ ਹੁਣ, ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਠੀਕ ਹੈ ਜੀ, ਹੈਂ ਲਿਆ ਦਿਓ, ਲਿਆ ਦਿੰਦੇ ਕਹਿ ਦਿੰਦੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।